ਜੇਕਰ ਤੁਸੀਂ ਵੀ ਫਿਰੋਜ਼ਪੁਰ ਆ ਰਹੇ ਹੋ ਅਤੇ ਗੱਡੀ ਚਲਾ ਰਹੇ ਹੋ ਅਤੇ ਜੇਕਰ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਤੁਹਾਨੂੰ ਭੁਗਤਣਾ ਪੈ ਸਕਦਾ ਮੋਟਾ ਚਲਾਨ, ਕਿਉਂਕਿ ਫਿਰੋਜ਼ਪੁਰ ਸਰਹੱਦੀ ਇਲਾਕੇ ਦੇ ਵਿੱਚ ਹੁਣ ਮਸ਼ੀਨਾਂ ਆ ਚੁੱਕੀਆਂ ਨੇ ਜੋ ਡਰਿੰਕ ਐਂਡ ਡਰਾਈਵ ਚੈੱਕ ਕਰਨਗੇ ਕਿ ਤੁਸੀਂ ਕੀ ਸ਼ਰਾਬ ਪੀਤੀ ਹੋਈ ਹੈ। ਉਸ ਮਸ਼ੀਨ ਨਾਲ ਚੈਕਿੰਗ ਕਰਨ ਤੋਂ ਬਾਅਦ ਜੇਕਰ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਤੁਹਾਨੂੰ ਮੋਟਾ ਚਲਾਨ ਭੁਗਤਣਾ ਪੈ ਸਕਦਾ ਹੈ। ਇਹ ਮਸ਼ੀਨਾਂ ਜਿਹੜੀਆਂ ਫਿਰੋਜ਼ਪੁਰ ਸਰਹੱਦੀ ਇਲਾਕਾ ਦੇ ਵਿੱਚ ਪਹਿਲਾਂ ਨਹੀਂ ਸੀ, ਔਰ ਲੋਕ ਜਿਹੜੇ ਹੈ ਉਹ ਇਸ ਜਗ੍ਹਾ 'ਤੇ ਹਾਈਵੇ 'ਤੇ ਸ਼ਰਾਬ ਪੀ ਕੇ ਆਮ ਨਜ਼ਰ ਆਉਂਦੇ ਸੀ ਗੱਡੀਆਂ ਚਲਾਉਂਦੇ ਹੋਏ, ਪਰ ਹੁਣ ਕਿਤੇ ਨਾ ਕਿਤੇ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਸਖ਼ਤ ਹੋਈ ਹੈ, ਉਹਨਾਂ ਨੇ ਮਸ਼ੀਨਾਂ ਮੰਗਵਾ ਲਈਆਂ ਨੇ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਡਰਾਈਵਰ ਜਿਹੜੇ ਨੇ ਜਾਂ ਗੱਡੀ ਚਾਲਕ ਨੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਹੈ ਉਹਨਾਂ ਦਾ ਮੋਟਾ ਚਲਾਨ ਜਿਹੜਾ ਉਹ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਫਿਰੋਜ਼ਪੁਰ ਛਾਉਣੀ ਦੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਗੱਡੀਆਂ ਨੂੰ ਰੋਕ ਕੇ ਜਾਂ ਜਿਹੜੇ ਖਾਤਿਆਂ ਦੇ ਬਾਹਰ ਸ਼ਰਾਬ ਪੀ ਰਹੇ ਨੇ ਜਾਂ ਗੱਡੀਆਂ 'ਚ ਬੈਠੇ ਨੌਜਵਾਨ ਨੇ ਉਹਨਾਂ ਦੀ ਗੱਡੀ ਚੈੱਕ ਕੀਤੀ ਜਾ ਰਹੀ ਹੈ ਕਿ ਉਹ ਸ਼ਰਾਬ ਪੀ ਰਹੇ ਨੇ। ਫਿਰ ਉਹਨਾਂ ਦੇ ਨਾਲ ਜਿਹੜੀ ਹੈ ਮਸ਼ੀਨ ਲਾ ਕੇ ਇਹ ਚੈੱਕ ਕੀਤਾ ਜਾਂਦਾ ਹੈ ਕਿ ਕੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ। ਜੇਕਰ ਕਿਸੇ ਨੇ ਸ਼ਰਾਬ ਪੀਤੀ ਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਮੋਟਾ ਚਲਾਨ ਜਿਹੜਾ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਗੱਡੀ ਚਾਲਕ ਜਿਹੜੇ ਹੈ ਉਹਨਾਂ ਕੋਲੋਂ ਟੈਸਟਿੰਗ ਕੀਤੀ ਜਾ ਰਹੀ ਹੈ ਕਿ ਕੀ ਉਹਨਾਂ ਨੇ ਸ਼ਰਾਬ ਪੀ ਕੇ ਗੱਡੀ ਤਾਂ ਨਹੀਂ ਚਲਾ ਰਹੇ। ਜਿਹੜੇ ਗੱਡੀ ਚਲਾ ਕੇ ਸ਼ਰਾਬ ਪੀ ਰਹੇ ਆ ਉਹਨਾਂ ਦੇ ਜਿਹੜੇ ਬਕਾਇਦਾ ਚਲਾਨ ਵੀ ਕੀਤੇ ਜਾ ਰਹੇ। ਸਾਡੇ ਨਾਲ ਇੱਥੇ ਇੰਸਪੈਕਟਰ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਕਿੰਨੀਆਂ ਗੱਡੀਆਂ ਨੂੰ ਹੁਣ ਤੀਕਰ ਰੋਕਿਆ ਗਿਆ, ਕਿੰਨੇ ਚਲਾਨ ਕੀਤੇ ਗਏ ਆ, ਜਾਂ ਕਿੰਨੀਆਂ ਮਸ਼ੀਨਾਂ ਜਿਹੜੀਆਂ ਇਸ ਨੂੰ ਮੁਹੱਈਆ ਕਰਵਾਈਆਂ ਗਈਆਂ ਜੀ? 8 ਮਸ਼ੀਨਾਂ ਪੰਜਾਬ ਪੁਲਿਸ ਫਿਰੋਜ਼ਪੁਰ ਕੋਲ ਮੁਹੱਈਆ ਕਰਵਾਈਆਂ ਗਈਆਂ, ਜਿਹਦੇ ਵਿੱਚੋਂ 5 ਮਸ਼ੀਨਾਂ ਟ੍ਰੈਫਿਕ ਪੁਲਿਸ ਕੋਲ ਨੇ, 3 ਮਸ਼ੀਨਾਂ SHO ਸਾਹਿਬਾਨ ਕੋਲ ਨੇ। ਬਾਕੀ ਵੱਖ ਵੱਖ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ, ਜਿਨ੍ਹਾਂ ਵੀ ਆਦਮੀਆਂ ਨੇ ਦਾਰੂ ਪੀਤੀ ਉਹਨਾਂ ਦੇ ਮੌਕੇ 'ਤੇ ਚਲਾਨ ਕੀਤੇ ਜਾਣਗੇ ਔਰ ਗੱਡੀਆਂ ਬਾਉਂਡ ਕੀਤੀ ਜਾਊ। ਬਿਲਕੁਲ, ਪਹਿਲਾਂ ਜਿਹੜੀ ਹੈ ਫਿਰੋਜ਼ਪੁਰ ਪੁਲਿਸ ਕੋਲੋਂ ਮਸ਼ੀਨਾਂ ਨਹੀਂ ਸੀ ਔਰ ਲੋਕ ਜਿਹੜੇ ਆ ਬਚ ਜਾਂਦੇ ਸੀ ਕਿਤੇ ਨਾ ਕਿਤੇ, ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਕਿ ਹੁਣ ਜਿਹੜਾ ਉਹਨਾਂ ਨੂੰ ਮੋਟਾ ਚਲਾਨ ਜਿਹੜਾ ਭੁਗਤਣਾ ਪੈ ਸਕਦਾ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ? ਬਿਲਕੁਲ ਜੀ, ਬਿਲਕੁਲ, ਸਾਡੀ ਤਾਂ ਇਹ ਬੇਨਤੀ ਹੈ ਟ੍ਰੈਫਿਕ ਪੁਲਿਸ ਫਿਰੋਜ਼ਪੁਰ ਵੱਲੋਂ, ਪੰਜਾਬ ਪੁਲਿਸ ਫਿਰੋਜ਼ਪੁਰ ਵੱਲੋਂ ਕਿ ਦਾਰੂ ਪੀ ਕੇ ਗੱਡੀ ਨਾ ਚਲਾਈ ਜਾਵੇ। ਜੇ ਕੋਈ ਕਿਸੇ ਫੰਕਸ਼ਨ 'ਤੇ ਜਾਂਦਾ ਐਰਾ ਵਗੈਰਾ ਉਹ ਆਪਦਾ ਡਰਾਈਵਰ ਨਾਲ ਲੱਗ ਜਾਵੇ। ਬਿਲਕੁਲ, ਹੁਣ ਪੰਜਾਬ ਪੁਲਿਸ ਫਿਰੋਜ਼ਪੁਰ ਪੁਲਿਸ ਕੋਲੋਂ ਕਰੀਬ 8 ਮਸ਼ੀਨਾਂ ਜਿਹੜੀਆਂ ਆ ਗਈਆਂ ਨੇ ਔਰ ਇਹ ਚੈਕਿੰਗ ਹੁਣ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਲਗਾਤਾਰ ਚੱਲੇਗੀ ਔਰ ਜਿਹੜਾ ਵੀ ਜਿਹੜਾ ਗੱਡੀ ਚਾਲਕ ਹੈ ਉਹ ਕਿਤੇ ਨਾ ਕਿਤੇ ਜੇ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਤਾਂ ਉਸਦਾ ਮੋਟਾ ਚਲਾਨ ਜਿਹੜਾ ਕੀਤਾ ਜਾਏਗਾ। ਤਾਂ ਤੁਸੀਂ ਵੀ ਸਾਵਧਾਨ ਹੋ ਜਾਓ, ਜੇਕਰ ਤੁਸੀਂ ਫਿਰੋਜ਼ਪੁਰ ਆ ਰਹੇ ਹੋ ਤਾਂ ਸ਼ਰਾਬ ਨੂੰ ਹੱਥ ਨਹੀਂ ਲਾਉਣਾ, ਸ਼ਰਾਬ ਤੋਂ ਦੂਰ ਰਹਿਣਾ, ਜੇ ਸ਼ਰਾਬ ਪੀਣੀ ਹੈ ਤਾਂ ਡਰਾਈਵਰ ਨਾਲ ਲੈ ਕੇ ਆਉਣਾ ਹੈ। ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ, ਨਿਊਜ਼ 18 ਪੰਜਾਬ। ਜੇਕਰ ਤੁਸੀਂ ਵੀ ਫਿਰੋਜ਼ਪੁਰ ਆ ਰਹੇ ਹੋ ਅਤੇ ਗੱਡੀ ਚਲਾ ਰਹੇ ਹੋ ਅਤੇ ਜੇਕਰ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਤੁਹਾਨੂੰ ਭੁਗਤਣਾ ਪੈ ਸਕਦਾ ਮੋਟਾ ਚਲਾਨ, ਕਿਉਂਕਿ ਫਿਰੋਜ਼ਪੁਰ ਸਰਹੱਦੀ ਇਲਾਕੇ ਦੇ ਵਿੱਚ ਹੁਣ ਮਸ਼ੀਨਾਂ ਆ ਚੁੱਕੀਆਂ ਨੇ ਜੋ ਡਰਿੰਕ ਐਂਡ ਡਰਾਈਵ ਚੈੱਕ ਕਰਨਗੇ ਕਿ ਤੁਸੀਂ ਕੀ ਸ਼ਰਾਬ ਪੀਤੀ ਹੋਈ ਹੈ। ਉਸ ਮਸ਼ੀਨ ਨਾਲ ਚੈਕਿੰਗ ਕਰਨ ਤੋਂ ਬਾਅਦ ਜੇਕਰ ਤੁਸੀਂ ਸ਼ਰਾਬ ਪੀਤੀ ਹੋਈ ਹੈ ਤਾਂ ਤੁਹਾਨੂੰ ਮੋਟਾ ਚਲਾਨ ਭੁਗਤਣਾ ਪੈ ਸਕਦਾ ਹੈ। ਇਹ ਮਸ਼ੀਨਾਂ ਜਿਹੜੀਆਂ ਫਿਰੋਜ਼ਪੁਰ ਸਰਹੱਦੀ ਇਲਾਕਾ ਦੇ ਵਿੱਚ ਪਹਿਲਾਂ ਨਹੀਂ ਸੀ ਔਰ ਲੋਕ ਜਿਹੜੇ ਹੈ ਉਹ ਇਸ ਜਗ੍ਹਾ 'ਤੇ ਹਾਈਵੇ 'ਤੇ ਸ਼ਰਾਬ ਪੀ ਕੇ ਆਮ ਨਜ਼ਰ ਆਉਂਦੇ ਸੀ ਗੱਡੀਆਂ ਚਲਾਉਂਦੇ ਹੋਏ, ਪਰ ਹੁਣ ਕਿਤੇ ਨਾ ਕਿਤੇ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਸਖ਼ਤ ਹੋਈ ਹੈ, ਉਹਨਾਂ ਨੇ ਮਸ਼ੀਨਾਂ ਮੰਗਵਾ ਲਈਆਂ ਨੇ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਡਰਾਈਵਰ ਜਿਹੜੇ ਨੇ ਜਾਂ ਗੱਡੀ ਚਾਲਕ ਨੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਹੈ ਉਹਨਾਂ ਦਾ ਮੋਟਾ ਚਲਾਨ ਜਿਹੜਾ ਉਹ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਫਿਰੋਜ਼ਪੁਰ ਛਾਉਣੀ ਦੀਆਂ ਨੇ ਜਿੱਥੇ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਗੱਡੀਆਂ ਨੂੰ ਰੋਕ ਕੇ ਜਾਂ ਜਿਹੜੇ ਖਾਤਿਆਂ ਦੇ ਬਾਹਰ ਸ਼ਰਾਬ ਪੀ ਰਹੇ ਨੇ ਜਾਂ ਗੱਡੀਆਂ 'ਚ ਬੈਠੇ ਨੌਜਵਾਨ ਨੇ ਉਹਨਾਂ ਦੀ ਗੱਡੀ ਚੈੱਕ ਕੀਤੀ ਜਾ ਰਹੀ ਹੈ ਕਿ ਉਹ ਸ਼ਰਾਬ ਪੀ ਰਹੇ ਨੇ। ਫਿਰ ਉਹਨਾਂ ਦੇ ਨਾਲ ਜਿਹੜੀ ਹੈ ਮਸ਼ੀਨ ਲਾ ਕੇ ਇਹ ਚੈੱਕ ਕੀਤਾ ਜਾਂਦਾ ਹੈ ਕਿ ਕੀ ਉਹਨਾਂ ਨੇ ਸ਼ਰਾਬ ਪੀਤੀ ਹੋਈ ਹੈ। ਜੇਕਰ ਕਿਸੇ ਨੇ ਸ਼ਰਾਬ ਪੀਤੀ ਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਮੋਟਾ ਚਲਾਨ ਜਿਹੜਾ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿੱਥੇ ਗੱਡੀ ਚਾਲਕ ਜਿਹੜੇ ਹੈ ਉਹਨਾਂ ਕੋਲੋਂ
ਟੈਸਟਿੰਗ ਕੀਤੀ ਜਾ ਰਹੀ ਹੈ ਕਿ ਕੀ ਉਹਨਾਂ ਨੇ ਸ਼ਰਾਬ ਪੀ ਕੇ ਗੱਡੀ ਤਾਂ ਨਹੀਂ ਚਲਾ ਰਹੇ, ਜਿਹੜੇ ਗੱਡੀ ਚਲਾ ਕੇ ਹੈ ਸ਼ਰਾਬ ਪੀ ਰਹੇ ਆ ਉਹਨਾਂ ਦੇ ਜਿਹੜੇ ਬਕਾਇਦਾ ਚਲਾਨ ਵੀ ਕੀਤੇ ਜਾ ਰਹੇ। ਸਾਡੇ ਨਾਲ ਇੱਥੇ ਇੰਸਪੈਕਟਰ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਕਿੰਨੀਆਂ ਗੱਡੀਆਂ ਨੂੰ ਹੁਣ ਤੀਕਰ ਰੋਕਿਆ ਗਿਆ, ਕਿੰਨੇ ਚਲਾਨ ਕੀਤੇ ਗਏ ਆ, ਜਾਂ ਕਿੰਨੀਆਂ ਮਸ਼ੀਨਾਂ ਜਿਹੜੀਆਂ ਇਸ ਨੂੰ ਮੁਹੱਈਆ ਕਰਵਾਈਆਂ ਗਈਆਂ ਜੀ? 8 ਮਸ਼ੀਨਾਂ ਪੰਜਾਬ ਪੁਲਿਸ ਫਿਰੋਜ਼ਪੁਰ ਕੋਲ ਮੁਹੱਈਆ ਕਰਵਾਈਆਂ ਗਈਆਂ, ਜਿਹਦੇ ਵਿੱਚੋਂ 5 ਮਸ਼ੀਨਾਂ ਟ੍ਰੈਫਿਕ ਪੁਲਿਸ ਕੋਲ ਨੇ, 3 ਮਸ਼ੀਨਾਂ SHO ਸਰਬੰਸ ਕੋਲ ਨੇ। ਬਾਕੀ ਵੱਖ ਵੱਖ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ, ਜਿਨ੍ਹਾਂ ਵੀ ਆਦਮੀਆਂ ਨੇ ਦਾਰੂ ਪੀਤੀ ਉਹਨਾਂ ਦੇ ਮੌਕੇ 'ਤੇ ਚਲਾਨ ਕੀਤੀ ਜਾਂਦੀ ਔਰ ਗੱਡੀ ਬਾਉਂਡ ਕੀਤੀ ਜਾਂਦੀ। ਬਿਲਕੁਲ, ਪਹਿਲਾਂ ਜਿਹੜੀ ਹੈ ਫਿਰੋਜ਼ਪੁਰ ਪੁਲਿਸ ਕੋਲੋਂ ਮਸ਼ੀਨਾਂ ਨਹੀਂ ਸੀ ਔਰ ਲੋਕ ਜਿਹੜੇ ਆ ਵੱਧ ਜਾਂਦੇ ਸੀ ਕਿਤੇ ਨਾ ਕਿਤੇ। ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਕਿ ਹੁਣ ਜਿਹੜਾ ਉਹਨਾਂ ਨੂੰ ਮੋਟਾ ਚਲਾਨ ਜਿਹੜਾ ਭੁਗਤਣਾ ਪੈ ਸਕਦਾ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ? ਬਿਲਕੁਲ ਜੀ, ਬਿਲਕੁਲ, ਸਾਡੀ ਤਾਂ ਇਹ ਬੇਨਤੀ ਹੈ ਟ੍ਰੈਫਿਕ ਪੁਲਿਸ ਫਿਰੋਜ਼ਪੁਰ ਵੱਲੋਂ, ਪੰਜਾਬ ਪੁਲਿਸ ਫਿਰੋਜ਼ਪੁਰ ਵੱਲੋਂ ਕਿ ਦਾਰੂ ਪੀ ਕੇ ਗੱਡੀ ਨਾ ਚਲਾਈ ਜਾਵੇ। ਜੇ ਕੋਈ ਕਿਸੇ ਫੰਕਸ਼ਨ 'ਤੇ ਜਾਂਦਾ ਹੈ ਐਰਾ ਵਗੈਰਾ, ਉਹ ਆਪਦਾ ਡਰਾਈਵਰ ਨਾਲ ਲੱਗ ਜਾਵੇ। ਬਿਲਕੁਲ, ਹੁਣ ਪੰਜਾਬ ਪੁਲਿਸ ਫਿਰੋਜ਼ਪੁਰ ਪੁਲਿਸ ਕੋਲੋਂ ਕਰੀਬ 8 ਮਸ਼ੀਨਾਂ ਜਿਹੜੀਆਂ ਆ ਗਈਆਂ ਨੇ ਔਰ ਇਹ ਚੈਕਿੰਗ ਹੁਣ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਲਗਾਤਾਰ ਚੱਲੇਗੀ ਔਰ ਜਿਹੜਾ ਵੀ ਜਿਹੜਾ ਗੱਡੀ ਚਾਲਕ ਹੈ ਉਹ ਕਿਤੇ ਨਾ ਕਿਤੇ ਜੇ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਤਾਂ ਉਸਦਾ ਮੋਟਾ ਚਲਾਨ ਜਿਹੜਾ ਕੀਤਾ ਜਾਏਗਾ। ਤਾਂ ਤੁਸੀਂ ਵੀ ਸਾਵਧਾਨ ਹੋ ਜਾਓ, ਜੇਕਰ ਤੁਸੀਂ ਫਿਰੋਜ਼ਪੁਰ ਆ ਰਹੇ ਹੋ ਤਾਂ ਸ਼ਰਾਬ ਨੂੰ ਹੱਥ ਨਹੀਂ ਲਾਉਣਾ, ਸ਼ਰਾਬ ਤੋਂ ਦੂਰ ਰਹਿਣਾ, ਜੇ ਸ਼ਰਾਬ ਪੀਣੀ ਹੈ ਤਾਂ ਡਰਾਈਵਰ ਨਾਲ ਲੈ ਕੇ ਆਉਣਾ। ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ, ਨਿਊਜ਼ 18 ਪੰਜਾਬ।